ਕੀ ਗੱਲ ਮਹਾਰਾਜ, ਤੁਸੀਂ ਇੰਨੇ ਪਰੇਸ਼ਾਨ ਕਿਉਂ? ਅੱਜ ਦੁਨੀਆ ਦਾ ਰਾਜਾ ਜਿਸ ਦਾ ਨਾਮ ਸਿਕੰਦਰ ਹੈ, ਜਿਸਨੇ ਸਾਰੀ ਦੁਨੀਆ ਵਿੱਚ ਆਪਣੇ ਤਾਕਤ ਦੇ ਜ਼ੋਰ 'ਤੇ ਸਾਰਾ ਪੈਸਾ ਸਾਰੀ ਜਾਇਦਾਦ ਜਿੱਤ ਲਈ, ਅੱਜ ਉਹ ਸਿਰ ਸੁੱਟ ਕੇ ਬੈਠਾ ਸਿਕੰਦਰ ਦੁਨੀਆ ਦਾ ਰਾਜਾ? ਮਹਾਰਾਜ ਮੈਨੂੰ ਗੱਲ ਹਜ਼ਮ ਨਹੀਂ ਹੋ ਰਹੀ। ਨਹੀਂ ਵਜੀਰ, ਅਜੇ ਮੈਂ ਖੁਸ਼ ਨਹੀਂ ਹਾਂ। ਮੇਰੀ ਦੂਜੀ ਅੱਖ ਸੋਨੇ ਦੀ ਚਿੜੀਆ ਹਿੰਦੁਸਤਾਨ 'ਤੇ ਆ, ਅਤੇ ਮੈਂ ਉਹਦੇ 'ਤੇ ਵੀ ਫਤਿਹ ਪਾਉਣਾ ਚਾਹੁੰਦਾ। ਮਹਾਰਾਜ, ਬਾਦਸ਼ਾਹ, ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਸਾਰੀ ਦੁਨੀਆ ਦਾ ਪੈਸਾ ਤੁਸੀਂ ਜਿੱਤ ਲਿਆ, ਅਤੇ ਤੁਸੀਂ ਤੁਹਾਨੂੰ ਲੜਾਈ ਨਹੀਂ ਲੜਨੀ ਚਾਹੀਦੀ ਹੁਣ, ਤਾਂ ਕਿ ਤੁਹਾਨੂੰ ਆਰਾਮ ਨਾਲ ਬੈਠ ਕੇ ਆਪਣੇ ਸਿੰਘਾਸਨ 'ਤੇ ਬਹਿ ਕੇ ਹੁਕਮ ਕਰਨਾ ਚਾਹੀਦਾ ਵੀ ਇੰਨਾ ਪੈਸਾ ਦੁਨੀਆ ਦਾ ਇਕੱਠਾ ਕਰਕੇ ਨਾ ਤਾਂ ਕੋਈ ਬੰਦਾ ਲਿਜਾ ਸਕਿਆ ਉੱਪਰ, ਅਤੇ ਨਾ ਕੋਈ ਲੈ ਜਾ ਸਕਦਾ। ਅਤੇ ਬਾਦਸ਼ਾਹ, ਮੈਂ ਤੁਹਾਡੇ ਅੱਗੇ ਅਪੀਲ ਕਰਨਾ ਹੱਥ ਜੋੜ ਕੇ ਵੀ ਤੁਸੀਂ ਇਹ ਹੱਥ ਛੱਡ ਦਿਓ, ਇੰਡੀਆ ਨੂੰ ਪਾਉਣ ਦੀ ਕੋਸ਼ਿਸ਼ ਨਾ ਕਰੋ। ਬਾਦਸ਼ਾਹ, ਮੈਂ ਕਿ ਤੂੰ ਹੈ ਵਜ਼ੀਰ ਹੈ ਤੇ ਵਜ਼ੀਰ ਬਣ ਕੇ ਰਹਿ, ਸਮਝ ਗਿਆ? ਸਿਕੰਦਰ ਆਪਣੀ ਮਰਜ਼ੀ ਦਾ ਖੁਦ ਬਾਦਸ਼ਾਹ। ਅਜੇ ਵੀ ਮੇਰਾ ਮਨ ਖੁਸ਼ ਨਹੀਂ ਆ। ਹੀਰੇ ਸੋਨਾ ਚਾਂਦੀ ਮੈਂ ਜਿੱਤ ਤੇ ਲਿਆ ਏ, ਪਰ ਅਜੇ ਵੀ ਇਹੋ ਜਿਹੀਆਂ ਕਈ ਕੰਟਰੀਆਂ ਨੇ ਜਿਨ੍ਹਾਂ ਵਿੱਚ ਰੁਪਿਆ ਪੈਸਾ ਸੋਨਾ ਚਾਂਦੀ ਅਜੇ ਵੀ ਲੁੱਟਣ ਵਾਲਾ ਏ, ਤੇ ਉਹਨਾਂ ਤੱਕ ਮੇਰੇ ਮਨ ਨੂੰ ਖੁਸ਼ੀ ਨਹੀਂ ਹੋਣੀ ਜਿੰਨਾ ਤੱਕ ਮੈਂ ਹਿੰਦੁਸਤਾਨ 'ਤੇ ਕਬਜ਼ਾ ਨਾ ਕੀਤਾ। ਉਹਨੂੰ ਲੁੱਟਣਾ ਮੈਂ ਲੁੱਟਣਾ। ਵਜ਼ੀਰ, ਮੈਂ ਇਹੋ ਜਿਹਾ ਸ਼ਕਤੀਸ਼ਾਲੀ ਰਾਜਾ ਬਣਨਾ ਚਾਹੁੰਦਾ ਵਾਂ ਕਿ ਜਦ ਇਹ ਧਰਤੀ 'ਤੇ ਕੋਈ ਬੱਚਾ ਰੋਵੇਗਾ ਤੇ ਮਾਂ ਕਹੇਗੀ ਸੋ ਜਾ ਬੇਟੇ ਸੋ ਜਾ, ਨਹੀਂ ਤੇ ਸਿਕੰਦਰ ਰਾਜਾ ਆ ਜਾਏਗਾ। ਰਾਜਾ ਸ਼ਿਕੂ ਬਣੇਗਾ। ਉਹ ਤੈਨੂੰ ਪਤਾ ਨਹੀਂ ਵਜ਼ੀਰ ਕਿ ਦੁਨੀਆ 'ਤੇ ਕਿੱਦਾਂ ਕਿੱਦਾਂ ਦੇ ਢੀਠ ਲੋਕ ਨੇ, ਪੈਸੇ ਕਿੱਥੇ ਕਿੱਥੇ ਨੱਪੇ ਨੇ, ਇਹ ਤੈਨੂੰ ਮੈਂ ਦੱਸੂਗਾ। ਉਹ ਤੂੰ ਬੜਾ ਚਵਲ ਆ। ਕੀ ਕਹਿ ਰਿਹਾ? ਮੈਂ ਕਿਹਾ ਜਨਾਬ ਤੁਸੀਂ ਸੱਚ ਕਹਿ ਰਹੇ ਹੋ ਤਾਂ ਇਹ ਗੱਲ ਦਾ ਧਿਆਨ ਰੱਖੋ। ਵਜ਼ੀਰ, ਇਸ ਸ਼ਹਿਰ 'ਚ ਢਿੰਡੋਰਾ ਪਿਟਵਾ ਕਿ ਜਿਸ ਕੋਲ ਵੀ ਇੱਕ ਦੰਬੜੀ ਹੈ ਉਹਦੇ ਨਾਲ ਰਾਜਾ ਸਿਕੰਦਰ ਆਪਣੀ ਬੇਟੀ ਦੀ ਸ਼ਾਦੀ ਕਰੇਗਾ। ਜਾਓ। ਬਾਦਸ਼ਾਹ, ਉਹ ਢਿੰਡੋਰਾ ਪਿੱਟਣ ਵਾਸਤੇ ਤੇ ਖਰਚਾ ਬਹੁਤ ਆਏਗਾ। ਉਹ ਖਰਚਾ ਹੀ ਤਾਂ ਮੈਂ ਬਚਾ ਰਿਹਾ, ਤਾਂ ਹੀ ਤਾਂ ਮੈਂ ਇੱਕ ਇੱਕ ਦੰਬੜੀ ਲੋਕਾਂ ਕੋਲ ਖੋਡ ਖੋਡ ਜਾ ਜਾ ਕੇ ਪਤਾ ਕਰਾਂ ਕਿਹਦੇ ਕੋਲ ਦੰਬੜੀਆਂ ਨੇ ਤੇ ਕਿਹਦੇ ਕੋਲ ਸੋਨਾ ਹੈ। ਢਿੰਡੋਰਾ ਪਿੱਟਣ ਕੌਣ ਜਾਏ ਬਾਦਸ਼ਾਹ? ਤੂੰ ਜਾਏਗਾ। ਤੇਰੀ ਲੱਤਾਂ ਟੁੱਟੀਆਂ ਕਮਲ ਗੁਸਤਾਖ। ਮੈਂ ਬਾਦਸ਼ਾਹ, ਬਾਦਸ਼ਾਹ ਸਿਕੰਦਰ ਨਾ ਹੈ ਮੇਰਾ ਸਿਕੰਦਰ। ਬਹੁਤ ਵੱਡੀ ਚਵਲ ਆ ਤੂੰ, ਬਹੁਤ ਵੱਡੀ ਚਵਲ। ਮੈਂ ਚੱਲਿਆ ਬਾਦਸ਼ਾਹ, ਮੈਂ ਚੱਲਿਆ। ਮਹਾਰਾਜਾਂ ਦੇ ਮਹਾਰਾਜੇ ਬਾਦਸ਼ਾਹ ਤੁਹਾਡੇ ਸਾਹਮਣੇ ਇੱਕ ਪ੍ਰਸਤਾਵ ਲੈ ਕੇ ਆਏ ਨੇ ਕਿ ਆਪਣੀ ਬੇਟੀ ਦਾ ਵਿਆਹ ਜਿਹਦੇ ਕੋਲ ਇੱਕ ਦਮਣੀ ਹੋਏਗੀ ਉਸ ਇਨਸਾਨ ਨਾਲ ਕਰਨਗੇ। ਇਹ ਗੱਲ ਸੁਣਿਓ ਪਿੰਡ ਵਾਲਿਓ, ਔਰ ਜਿਹੜਾ ਵੀ ਤੁਹਾਡੇ ਵਿੱਚ ਜੇ ਕਿਸੇ ਭਰਾ ਕੋਲ ਇੱਕ ਦਮੜੀ ਹੈ ਤੇ ਬਾਦਸ਼ਾਹ ਆਪਣੀ ਕੁੜੀ ਦਾ ਨਾ ਵਿਆਹ ਕਰਾਏਗਾ। ਹਮ
ਮਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਦੱਸ ਬੇਟਾ ਕੀ ਗੱਲ ਕਰਨੀ ਆ? ਮਾਂ ਮੈਨੂੰ ਇੱਕ ਦੰਬੜੀ ਚਾਹੀਦੀ ਆ। ਬੇਟਾ ਤੂੰ ਇੱਕ ਦੰਬੜੀ ਦਾ ਕੀ ਕਰੇਗਾ? ਸਾਰਿਆਂ ਦਾ ਪੈਸਾ ਸਿਕੰਦਰ ਨੇ ਤਾਂ ਪਹਿਲਾਂ ਹੀ ਲੁੱਟ ਲਿਆ ਤੇ ਪੱਕਾ ਇਹਦੇ ਵਿੱਚ ਉਹਦੀ ਚਾਲ ਹੋਵੇਗੀ। ਨਹੀਂ ਮਾਂ ਮੈਨੂੰ ਸੱਚ ਲੱਗਦਾ, ਮੈਂ ਉਹਦੀ ਕੁੜੀ ਨਾਲ ਵਿਆਹ ਕਰਕੇ ਅਮੀਰ ਬਣ ਜਾਵਾਂਗਾ। ਚਲੋ ਇੰਨੀ ਧੰਨ ਦੌਲਤ ਆ ਜਾਵੇਗੀ, ਮੈਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ, ਨਾ ਹੀ ਤੁਹਾਨੂੰ। ਮਾਂ ਪੁੱਤ ਹੁਣ ਮੈਂ ਇੱਕ ਦੰਬੜੀ ਤੈਨੂੰ ਕਿੱਥੋਂ ਲੈ ਕੇ ਦਵਾਂ? ਨਹੀਂ ਮਾਂ ਤੂੰ ਤੇ ਮੇਰੀ ਜਿੱਦ ਨੂੰ ਜਾਣਦੀ ਆ, ਤੂੰ ਮਾਂ ਮੈਨੂੰ ਦੰਬੜੀ ਨਾ ਦਿੱਤੀ ਤੇ ਮੈਂ ਕੁਝ ਖਾ ਕੇ ਮਰ ਜਾਵਾਂਗਾ। ਨਾ ਬੇਟਾ ਨਾ, ਤੂੰ ਹੀ ਤੇ ਇੱਕ ਮੇਰਾ ਸਹਾਰਾ ਆ, ਤੂੰ ਜਿੱਦ ਨਾ ਕਰ, ਮੈਂ ਤੈਨੂੰ ਇੱਕ ਰਸਤਾ ਦੱਸਦੀ ਆ। ਤੂੰ ਦੁਨੀਆ ਤੋਂ ਅਲਵਿਦਾ ਹੋਏ ਸੀ, ਉਹਨਾਂ ਦੇ ਮੂੰਹ ਵਿੱਚ ਇੱਕ ਦੰਬੜੀ ਰੱਖ ਕੇ ਉਹਨਾਂ ਨੂੰ ਦਫਨਾਇਆ ਗਿਆ ਸੀ। ਤੂੰ ਹੁਣ ਜਾ ਤੇ ਆਪਣੇ ਅੱਬੂ ਦੀ ਕਬਰ ਪੁੱਟ ਕੇ ਤੇ ਉਹਦੇ ਮੂੰਹ ਦੇ ਵਿੱਚੋਂ ਇੱਕ ਦੰਬੜੀ ਕੱਢ ਕੇ ਲਿਆ। ਅੱਬੂ ਮੈਨੂੰ ਮਾਫ ਕਰਨਾ, ਮੈਨੂੰ ਬਹੁਤ ਜ਼ਰੂਰਤ ਵਾ, ਹੁਣ ਰਾਜਾ ਸਿਕੰਦਰ ਦੀ ਕੁੜੀ ਨਾਲ ਮੇਰਾ ਵਿਆਹ ਹੋਊਗਾ। ਬਾਦਸ਼ਾਹ ਸਲਾਮਤ, ਇੱਕ ਇਹੋ ਜਿਹਾ ਨੌਜਵਾਨ ਆਇਆ ਕਿ ਜਿਹਦੇ ਕੋਲ ਇੱਕ ਦੰਬੜੀ ਹੈ, ਉਹ ਕਹਿੰਦਾ ਕਿ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਜੇ ਬਾਦਸ਼ਾਹ ਸਲਾਮਤ ਕਹੋ ਤੇ ਬੁਲਾਵਾਂ ਨੂੰ ਬੁਲਾਓ ਸੇ। ਇਹ ਹਜ਼ੂਰ, ਜਿੱਦਾਂ ਤੁਸੀਂ ਖਬਰ ਬਤਾਈ ਸੀ ਮੈਂ ਉਹੀ ਖਬਰ ਸੁਣ ਕੇ ਆ ਗਿਆ। ਆਓ ਨੌਜਵਾਨ, ਇਹ ਮੇਰੇ ਨਿਕੰਮੇ ਬਾਦਸ਼ਾਹ ਤੁਹਾਡੇ ਕੋਲ ਇੱਕ ਨੌਜਵਾਨ ਦੰਬੜੀ ਲੈ ਕੇ ਆਇਆ, ਉਹ ਵੀ ਖੋਲੋ। ਉਹ ਤੈਨੂੰ ਬੋਲਣ ਦੀ ਅਕਲ ਨਹੀਂ? ਉਹ ਮੈਂ ਕਿਹੜਾ ਵੱਧ ਕਹਿਤਾ, ਥੋੜਾ ਜਿਹਾ ਕਿਹਾ। ਲਓ ਮਹਾਰਾਜ ਆਹ ਵੇਖੋ, ਮੈਂ ਦੰਬੜੀ ਲੈ ਕੇ ਆਇਆ ਵਾਂ, ਵਾਅਦੇ ਮੁਤਾਬਕ ਮੈਂ ਤੁਹਾਡੇ ਕੋਲ ਦੰਬੜੀ ਲੈ ਕੇ ਆਇਆ, ਆਪਣੀ ਕੁੜੀ ਦਾ ਨਿਕਾਹ ਕਰੋ। ਮੈਂ ਤੈਨੂੰ ਕਿਹਾ ਸੀ ਨਾ ਕਿ ਅਜੇ ਵੀ ਲੋਕਾਂ ਕੋਲੋਂ ਬਹੁਤ ਪੈਸੇ ਆ, ਤੂੰ ਕਹਿੰਦਾ ਸਾਂ ਕਿ ਅਸੀਂ ਸਾਰੀ ਦੁਨੀਆ ਦੇ ਫਤਿਹ ਪਾ ਲਈਆਂ, ਪਰ ਨਹੀਂ, ਇਹਦੇ ਕੋਲ ਕਿੱਥੋਂ ਆਈ ਇੱਕ ਦੰਬੜੀ? ਪਰ ਬਾਦਸ਼ਾਹ ਤੁਸੀਂ ਤੇ ਕਿਹਾ ਸੀ ਵੀ ਆਪਣੀ ਕੁੜੀ ਨਾਲ ਮੇਰਾ ਵਿਆਹ ਕਰਾਓਗੇ। ਉਹ ਤੇਰਾ ਵਿਆਹ ਤੇ ਕਰ ਦਿਆਂਗੇ, ਪਰ ਤੂੰ ਇਹ ਦੱਸ ਕਿ ਇਹ ਦੰਬੜੀ ਲੈ ਕੇ ਕਿੱਥੋਂ ਆਇਆ? ਮੈਂ ਤੇ ਆਪਣੇ ਅੱਬੂ ਦੀ ਕਬਰ ਪੁੱਟ ਕੇ ਮੂੰਹ ਦੇ ਵਿੱਚੋਂ ਪੈਸੇ ਕੱਢ ਕੇ ਲਿਆ। ਵਜ਼ੀਰ, ਇਹ ਕਿਸ ਤਰ੍ਹਾਂ ਹੋ ਗਿਆ, ਕਿਸ ਤਰ੍ਹਾਂ? ਉਹ ਸਿਕੰਦਰ ਨੇ ਤੇ ਸਾਰੀ ਦੁਨੀਆ ਨੂੰ ਲੁੱਟਿਆ ਸੀ ਤੇ ਇਹ ਕਿਸ ਤਰ੍ਹਾਂ ਹੋ ਗਿਆ? ਉਹ ਕਿਹੜੇ ਕੋਲ ਇੱਕ ਦੰਬੜੀ ਰਹਿ ਗਈ ਸੀ? ਉਹ ਸਿਕੰਦਰ, ਤੁਸੀਂ ਬੜੇ ਬਹੁਤ ਭਾਗਾਸ਼ਾਲੀ ਹੋ ਕਿ ਜਿਹੜੇ ਕਬਰ ਚੋਂ ਪੈਸੇ ਕੱਢ ਦਿੰਦੇ ਹੋ। ਸਿਰ ਫਿਟੇ ਮੂੰ ਤੁਹਾਡਾ ਕੰਦਰ, ਉਹ ਕੁੱਤੀ ਸ਼ਹਿ ਕਿ ਜਿਹੜਾ ਮੁਰਦਿਆਂ ਦੀਆਂ ਕਬਰਾਂ ਚੋਂ ਵੀ ਪੈਸੇ ਕੱਢ ਲੈਂਦਾ ਹੈ, ਮੁਰਦਿਆਂ ਦੀਆਂ ਕਬਰਾਂ ਚੋਂ। ਸਿਕੰਦਰ ਨਾ ਹੈ ਮੇਰਾ, ਮੈਂ ਤੈਨੂੰ ਜਿੰਦਾ ਦਫਨਾ ਦੇਵਾਂਗਾ ਆਪਣੇ ਪੂਰੇ ਇਲਾਕੇ 'ਚ। ਜਾਂਚ ਕਰ ਕਿਹਦੇ ਕੋਲ ਸੋਨਾ ਚਾਂਦੀ ਹੀਰੇ ਜਵਾਹਰਾਤ ਨੇ, ਇੱਕ ਇੱਕ ਕਰ ਫੋਲ ਮਾਰੋ। ਸਿਕੰਦਰ ਕਰੋ ਮਹਾਰਾਜ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਪਰ ਇਹ ਸਾਰੀ ਦੁਨੀਆ ਦੇ ਖਜ਼ਾਨੇ ਤੁਸੀਂ ਲੁੱਟ ਲਏ ਆ ਤੇ ਇਕੱਲਾ ਕਬਰਿਸਤਾਨ ਹੀ ਬਾਕੀ ਆ ਮਹਾਰਾਜ। ਤੇ ਜਾਓ ਪੂਰੇ ਵਰਲਡ ਦੀਆਂ ਕਬਰਾਂ ਨੂੰ ਪੁੱਟ ਲਓ ਤੇ ਜਿੱਥੋਂ ਜੋ ਲੱਭਦਾ ਹੈ, ਜੇ ਕਿਸੇ ਦੇ ਮੂੰਹ 'ਚ ਦੰਬੜੀ ਆ ਤੇ ਕਬਰ 'ਚ ਦੰਬੜੀ ਆ ਤੇ ਖਿੱਚ ਲਿਆਓ। ਮੰਮਾ ਵੱਡਾ ਭਰਾ ਕਿੱਥੇ ਆ? ਬੇਟਾ ਤੇਰਾ ਅੱਬੂ ਨੂੰ ਵੀ ਸਿਕੰਦਰ ਨੇ ਮਾਰਿਆ ਸੀ ਤੇ ਹੁਣ ਤੇਰਾ ਬਾਈ ਵੀ ਉਹਦੇ ਕੋਲ ਗਿਆ ਵਾ, ਪਤਾ ਨਹੀਂ ਉਹ ਕੀ ਹਾਸਲ ਕਰੂਗਾ ਉਹਦਾ। ਮੰਮਾ ਬਾਈ ਨੇ ਵੀ ਆਣਾ। ਆਣਾ ਬੇਟਾ, ਆਣਾ ਕਿਉਂ ਨਹੀਂ ਆ? ਸਿਕੰਦਰ ਉਹ ਜ਼ਾਲਮ ਚੀਜ਼ ਹੈ ਨਾ ਤੇ ਜਿੰਨੇ ਸਾਰਿਆਂ ਨੂੰ ਲੁੱਟ ਪੁੱਟ ਕੇ ਖਾ ਲਿਆ ਵਾ ਤੇ ਹੁਣ ਅਸੀਂ ਕੀ ਕਰਾਂਗੇ ਬੇਟਾ? ਸਿਕੰਦਰ ਨਾ ਹੈ ਮੇਰਾ, ਸਿਕੰਦਰ।
ਮਾਤਾ ਤੁਸੀਂ ਕੋਈ ਗੱਲ ਸੁਣੀ ਆ? ਨਾ ਪੁੱਤ ਮੈਂ ਨਹੀਂ ਸੁਣੀ। ਜਿਹੜਾ ਸਿਕੰਦਰ ਰਾਜਾ ਵਾ ਨਾ, ਹਾਂਜੀ, ਇਹਨੇ ਸਾਰੀ ਦੁਨੀਆ ਲੁੱਟ ਕੇ ਖਾ ਲਈ ਆ। ਹਾਂਜੀ ਹਾਂਜੀ, ਲੋਕਾਂ ਦੀਆਂ ਕਬਰਾਂ ਚੋਂ ਵੀ ਨਹੀਂ ਪੈਸੇ ਸਰਦਾ, ਲੋਕਾਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਕੱਢ ਦਿੰਦਾ, ਲੋਕਾਂ ਦੇ ਘਰ ਤੋਂ ਘਰ ਬਰਬਾਦ ਕਰਕੇ, ਐਦਾਂ ਹੀ ਇਹਨੇ ਪੂਰੇ ਵੱਟ ਚ ਗੰਦ ਪਾ ਕੇ ਰੱਖਿਆ। ਹਾਂਜੀ ਹਾਂਜੀ, ਸਾਡਾ ਰਾਜਾ ਕਿੰਨਾ ਖਰਾਬ ਆ, ਕਿੰਨਾ ਗਲਤ ਕਰ ਲਿਆ। ਹਾਂ ਹਾਂ, ਮੈਨੂੰ ਵੀ ਪਤਾ ਲੱਗਾ ਕਿ ਸਾਡਾ ਰਾਜਾ ਲੋਕਾਂ ਨਾਲ ਬਹੁਤ ਧੋਖਾ ਕਰ ਰਿਹਾ ਹੈ। ਚੁੱਪ ਕਰ ਜਾ, ਕੰਧਾਂ ਦੇ ਵੀ ਕੰਨ ਹੁੰਦੇ ਆ, ਤੂੰ ਆਪਣਾ ਕੰਮ, ਮੈਂ ਆਪਣਾ ਡਿਊਟੀ ਦਿੰਦਾ ਹੁਣ। ਰਾਜਾ ਜੀ, ਜਿਸ ਤਰੀਕੇ ਤੁਸੀਂ ਹੁਕਮ ਦਿੱਤਾ ਸੀਗਾ ਬਾਦਸ਼ਾਹ ਸਲਾਮਤ, ਮੈਂ ਮਰਿਆ ਦੇ ਸਾਰੇ ਪੈਸੇ ਕੱਢ ਕੇ ਖਜ਼ਾਨੇ ਜਮਾ ਕਰਾ ਦਿੱਤੇ। ਚੰਗਾ ਕੀਤਾ ਜੀ। ਵਜ਼ੀਰ, ਵਜ਼ੀਰ, ਪਤਾ ਨਹੀਂ ਕੀ ਹੋ ਗਿਆ। ਬਾਦਸ਼ਾਹ ਸਲਾਮਤ, ਬਾਦਸ਼ਾਹ ਸਲਾਮਤ, ਬਾਦਸ਼ਾਹ ਸਲਾਮਤ, ਓਹ ਓਹ ਬਾਦਸ਼ਾਹ ਸਲਾਮਤ, ਓਹ ਓਹ ਮੈਂ ਮਾਂ ਨੂੰ ਬੁਲਾ ਕੇ ਲਿਆ। ਮੌਲਵੀ ਸਾਹਿਬ, ਤੁਸੀਂ ਚਲੋ, ਬਾਦਸ਼ਾਹ ਸਲਾਮ ਨੂੰ ਪਤਾ ਨਹੀਂ ਕੀ ਹੋ ਗਿਆ। ਸਾਡੀ ਕੀ ਜ਼ਰੂਰਤ ਪੈ ਗਈ ਅੱਜ ਰਾਜਨ ਨੂੰ? ਉਸ ਦਾ ਤੇ ਸਭ ਕੁਝ ਧਨ ਦੌਲਤ ਹੀ ਹੈ, ਉਹ ਜੋ ਚਾਹੇ ਖਰੀਦ ਸਕਦਾ ਹੈ। ਮੌਲਵੀ ਸਾਹਿਬ, ਤੁਸੀਂ ਸਮਾਂ ਇੱਥੇ ਬਰਬਾਦ ਨਾ ਕਰੋ, ਉੱਥੇ ਬਾਦਸ਼ਾਹ ਸਲਾਮ ਦੀ ਜਾਨ ਖਤਰੇ 'ਚ, ਚਲੋ ਤੁਸੀਂ ਜਲਦੀ ਚੱਲੀਏ। ਆਓ ਜੀ ਮੌਲਵੀ ਸਾਹਿਬ, ਦੇਖੋ ਬਾਦਸ਼ਾਹ ਸਲਾਮਤ ਨੂੰ ਕੀ ਹੋ ਗਿਆ। ਤਾਂ ਸਲਾਮਤ, ਤੁਹਾਨੂੰ ਕੁਛ ਨਹੀਂ ਹੁੰਦਾ, ਮੌਲਵੀ ਸਾਹਿਬ ਆ ਗਏ ਆ। ਇਹਨਾਂ ਕੋਲ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ। ਮੌਲਵੀ ਸਾਹਿਬ, ਤੁਹਾਡੇ ਕੋਈ ਇਹੋ ਜਿਹਾ ਤਰੀਕਾ ਹੈ ਕਿ ਜਿਹਦੇ ਨਾਲ ਮੇਰੇ ਸਾਹ ਵਾਪਸ ਆ ਜਾਣ, ਮੈਂ ਦੁਨੀਆ ਦੀ ਸਾਰੀ ਧਨ ਦੌਲਤ ਤੁਹਾਨੂੰ ਦੇ ਦਿਆਂਗਾ। ਰਾਜਨ, ਇਹ ਮੇਰੇ ਹੱਥ ਵਸ ਨਹੀਂ ਹੈ, ਇਹ ਸਭ ਰੱਬ ਦੇ ਹੱਥ ਵਸ ਹੈ। ਹਾਂ ਮੌਲਵੀ ਸਾਹਿਬ, ਜੇ ਤੁਸੀਂ ਮੈਨੂੰ ਸਾਹ ਬਖਸ਼ ਦਿਓ ਜਾਂ ਉਸ ਪਰਮੇਸ਼ਰ ਕੋ ਮੈਨੂੰ ਸਾਹ ਥੋੜੇ ਲੈ ਦਿਓ, ਤੇ ਮੈਂ ਦੁਨੀਆ ਦੀ ਸਾਰੀ ਧਨ ਦੌਲਤ ਆਪਣਾ ਤਖਤ ਤੱਕ ਦੇ ਦਿਆਂਗਾ ਤੁਹਾਨੂੰ। ਉਸ ਰੱਬ ਅੱਗੇ ਪੈਸੇ ਦੀ ਕੋਈ ਕੀਮਤ ਨਹੀਂ। ਇਹਦਾ ਮਤਲਬ ਕਿ ਮੈਂ ਆਪਣੀ ਜ਼ਰੂਰਤ ਤੋਂ ਵੱਧ ਪਾਪ ਕਰ ਚੁੱਕਿਆ, ਧਨ ਦੌਲਤ, ਗਰੀਬ ਅਮੀਰ, ਮੈਂ ਕੋਈ ਨਹੀਂ ਛੱਡਿਆ ਜਿਹਨੂੰ ਮੈਂ ਨਹੀਂ ਲੁੱਟਿਆ। ਅੱਜ ਇਹੋ ਦੌਲਤ ਮੇਰੇ ਕੰਮ ਨਹੀਂ ਆ ਰਹੀ, ਮੈਂ ਬਹੁਤ ਬੜਾ ਗੁਨਾਹਗਾਰ ਹਾਂ, ਮੈਂ ਬੜਾ ਪਾਪੀ ਗੁਨਾਹਗਾਰ ਹਾਂ, ਮੈਂ ਲੋਕਾਂ ਨੂੰ ਲੁੱਟਿਆ, ਬਰਬਾਦ ਕੀਤਾ, ਅੱਜ ਇਹ ਧਨ ਦੌਲਤ ਮੇਰੇ ਨਾਲ ਨਹੀਂ ਹੈ, ਮੈਂ ਕੁਝ ਸਮੇਂ ਬਾਅਦ ਇਹ ਦੁਨੀਆ ਤੋਂ ਚਲਾਣਾ ਕਰ ਜਾਣਾ ਹੈ। ਵਜ਼ੀਰ, ਜਦੋਂ ਮੈਂ ਮਰ ਜਾਵਾਂ ਤਾਂ ਮੇਰੇ ਦੋਵੇਂ ਹੱਥ ਮੇਰੇ ਬਾਹਰ ਕੱਢ ਦਿਓ, ਲੋਕਾਂ ਨੂੰ ਵੀ ਪਤਾ ਲੱਗੇ ਕਿ ਜਿਹਨੇ ਇੰਨੀ ਧਨ ਦੌਲਤ ਲੁੱਟੀ ਸੀ ਉਹ ਸਿਕੰਦਰ ਰਾਜਾ ਵੀ ਖਾਲੀ ਹੱਥ ਗਿਆ ਸੀ। ਇਹਦਾ ਮਤਲਬ ਕਿ ਜਿੰਨੀ ਮੈਂ ਧਨ ਦੌਲਤ ਲੋਕਾਂ ਨੂੰ ਲੁੱਟਿਆ, ਲੋਕਾਂ ਕੋਲ ਖੋ ਮਾਈ ਕੀਤੀ, ਅੱਜ ਉਹ ਦੌਲਤ ਮੇਰੇ ਕਿਸੇ ਕੰਮ ਨਹੀਂ ਆ ਰਹੀ, ਕਿਸੇ ਕੰਮ ਨਹੀਂ ਆ ਰਹੀ ਮੇਰੇ। ਬਾਦਸ਼ਾਹ ਸਲਾਮਤ। ਮੰਨਿਆ ਪੈਸਾ ਲੋੜ ਹੈ ਸਭ ਦੀ, ਪਰ ਜਗ੍ਹਾ ਨਹੀਂ ਲੈ ਸਕਦਾ ਰੱਬ ਦੀ। ਪੈਸਾ ਨਾ ਜਦੋਂ ਜਾਨ ਬਚਾਵੇ, ਫਿਰ ਨਜ਼ਰ ਸਾਡੀ ਰੱਬ ਨੂੰ ਲੱਭਦੀ।
ਨੋਟਾਂ ਦੇ ਨਾਲ ਜੇਬਾਂ ਭਰੀਆਂ, ਫਿਰ ਵੀ ਜ਼ਿੰਦਗੀ ਖਾਲੀ ਲੱਗਦੀ। ਲਾਲਚ ਦਾ ਭੂਤ ਇੱਕ ਐਸਾ ਏ, ਲਾਲਚ ਦਾ ਭੂਤ ਇੱਕ ਐਸਾ ਏ ਜੋ ਦੁੱਖਾਂ ਵਿੱਚ ਵਸਾਉਂਦਾ ਏ। ਭੁੱਖ ਪੈਸੇ ਦੀ ਨਹੀਂ ਮੁੱਕਦੀ, ਬੰਦਾ ਹੀ ਮੁੱਕ ਜਾਂਦਾ ਏ। ਭੁੱਖ ਪੈਸੇ ਦੀ ਨਹੀਂ ਮੁੱਕਦੀ, ਬੰਦਾ ਹੀ ਮੁੱਕ ਜਾਂਦਾ। ਮੇਰਾ ਮਨ ਖੁਸ਼ ਨਹੀਂ ਆ, ਹੀਰੇ ਸੋਨਾ ਚਾਂਦੀ ਮੈਂ ਚਿੱਤ ਤੇ ਲਿਆਏ, ਜਿੰਨਾ ਤੱਕ ਮੈਂ ਹਿੰਦੁਸਤਾਨ ਤੇ ਕਬਜ਼ਾ ਨਾ ਕੀਤਾ ਉਹਨੂੰ ਲੁੱਟਣਾ ਹੈ ਮੈਂ। ਜੋ ਕੁਝ ਵੀ ਇਹ ਦਿੱਤਾ ਰੱਬ ਨੇ, ਦੇਖ ਸ਼ੁਕਰ ਦਿਲ ਕਰਦਾ ਨਹੀਂ। ਭਾਵੇਂ ਲੱਖਾਂ ਰੋਜ਼ ਕਮਾਵੇ, ਫਿਰ ਵੀ ਕਹਿੰਦਾ ਸਰਦਾ ਨਹੀਂ। ਪਿਆਰ ਘਟਾਇਆ ਨੋਟ ਵਧਾਏ, ਫਿਕਰ ਇਹਨੂੰ ਇਸ ਗੱਲ ਦਾ ਨਹੀਂ। ਇਹ ਸਭ ਕੁਝ ਇੱਥੇ ਰਹਿ ਜਾਣਾ ਏ, ਸਭ ਕੁਝ ਇੱਥੇ ਰਹਿ ਜਾਣਾ ਏ, ਲੋਕਾਂ ਨੂੰ ਸਮਝਾਉਣਾ ਏ। ਭੁੱਖ ਪੈਸੇ ਦੀ ਨਹੀਂ ਮੁੱਕਦੀ, ਬੰਦਾ ਹੀ ਮੁੱਕ ਜਾਂਦਾ ਏ। ਭੁੱਖ ਪੈਸੇ ਦੀ ਨਹੀਂ ਮੁੱਕਦੀ, ਬੰਦਾ ਹੀ ਮੁੱਕ ਜਾਂਦਾ ਏ।